ਤਾਂ ਇਸ ਆਪਣੀ ਹੋਣ ਦੀ ਲੜਾਈ ਦੇ ਵਿੱਚ ਜੁੜ ਬੈਠੇ ਭਗਤ ਸਰਾਭਿਆਂ ਗਦਰੀ ਬਾਬਿਆਂ ਦੀ ਵਿਰਾਸਤ ਨੂੰ ਅਗਾਂਹ ਤੋਰਦੇ ਹੋਏ ਜੁਝਾਰੂ ਲੋਕੋ ਆਓ ਗੁਰਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ 26 ਨਵੰਬਰ ਤੋਂ ਲੈ ਕੇ ਦਿਨ ਲਗਾਤਾਰ ਬੀਤ ਰਹੇ ਹੈ, ਸਮਾਂ ਲਗਾਤਾਰ ਬੀਤ ਰਿਹਾ, ਪਰ ਉਹਦੇ ਨਾਲ ਜਿਉਂ ਜੀ ਕੇ ਹਕੂਮਤ ਨੂੰ ਉਮੀਦ ਸੀ ਕਿ ਇਹਨਾਂ ਲੋਕਾਂ ਦਾ ਸਮਾਂ ਬੀਤਣ ਦੇ ਨਾਲ ਜੋਸ਼ ਠੰਡਾ ਪੈ ਜਾਏਗਾ, ਇਹਨਾਂ ਦੀ ਗਿਣਤੀ ਘੱਟ ਜਾਏਗੀ, ਪਰ ਲਗਭਗ 1.5 ਮਹੀਨਾ ਬੀਤ ਚੁੱਕਿਆ ਹੈ ਤੇ ਤੁਸੀਂ ਦੇਖੋ ਪਿੱਛੇ ਤੱਕ ਲਗਾਤਾਰ ਸਾਡੇ ਪੰਡਾਲ ਵੀ ਵੱਧਦੇ ਜਾ ਰਹੇ ਨੇ, ਸਾਡਾ ਜੋਸ਼ ਵੀ ਵੱਧਦਾ ਜਾ ਰਿਹਾ ਹੈ, ਸਾਡਾ ਜ਼ਾਬਤਾ ਵੀ ਉਸੇ ਤਰ੍ਹਾਂ ਬਰਕਰਾਰ ਹੈ ਤੇ ਜਿਸ ਤਰ੍ਹਾਂ ਸਾਡੇ ਸਾਥੀਆਂ ਦੀਆਂ ਬਜ਼ੁਰਗਾਂ ਦੀਆਂ ਨੌਜਵਾਨਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਉਹਦੇ ਨਾਲ ਸਾਡਾ ਰੋਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਉਂਕਿ ਫਰਕ ਹੁੰਦਾ ਇਹ ਕਿ ਇੱਕ ਤਾਂ ਘਰ ਦੇ ਵਿੱਚ ਬੈਠੇ ਹੋਏ ਕਿਸੇ ਦੀ ਮੌਤ ਹੋ ਜਾਣਾ ਤੇ ਦੂਜਾ ਹੁੰਦਾ ਕਿ ਕਿਸੇ ਮਕਸਦ ਦੇ ਲਈ ਇੱਥੇ ਜੋ ਜੂਝਣ ਦੇ ਲਈ ਆਏ ਨੇ ਉਦੋਂ ਕਿਸੇ ਦੀ ਮੌਤ ਹੋ ਜਾਣਾ। ਘਰਾਂ ਵਿੱਚ ਬੈਠੇ ਹੋਇਆਂ ਦੀ ਮੌਤ ਤੇ ਸੋਗ ਮਨਾਇਆ ਜਾਂਦਾ, ਪਰ ਜੂਝਦਿਆਂ ਦੀ ਮੌਤ ਤੇ ਮਾਣ ਕੀਤਾ ਜਾਂਦਾ, ਇਸੇ ਲਈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ। ਔਰ ਜਿਨ੍ਹਾਂ ਦੀ ਵਿਰਾਸਤੀ ਸੀਸ ਤਲੀ ਤੇ ਰੱਖਣ ਦੀ ਹੋਵੇ, ਜਿਨ੍ਹਾਂ ਨੂੰ ਸੁਨੇਹਾ ਹੀ ਇਹ ਮਿਲਿਆ ਹੋਵੇ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ। ਜਿਨ੍ਹਾਂ ਨੂੰ ਇਹ ਸੁਨੇਹੇ ਵਿਰਾਸਤ ਦੇ ਵਿੱਚ ਮਿਲੇ ਹੋਏ ਹੋਣ ਉਹ ਸ਼ਹਾਦਤਾਂ ਤੋਂ ਨਹੀਂ ਡਰਦੇ, ਉਹ ਖਤਰਿਆਂ ਤੋਂ ਨਹੀਂ ਡਰਦੇ। ਅਰੇ ਹਕੂਮਤ ਨੂੰ ਇਹ ਵੀ ਲੱਗਦਾ ਸੀ ਕਿ ਠੰਡ ਇਹਨਾਂ ਦੇ ਹੌਸਲਿਆਂ ਨੂੰ ਢਿੱਲਿਆ ਕਰ ਦੇਵੇਗੀ, ਪਰ ਸਾਡਾ ਇਤਿਹਾਸ ਜਦੋਂ ਅਸੀਂ ਉਹਦੇ ਵੱਲ ਨਜ਼ਰ ਮਾਰਦੇ ਹਾਂ ਜੋ ਸਾਡੀ ਪਿੱਠ ਤੇ ਸਾਡਾ ਇਤਿਹਾਸ ਖੜਾ ਹੈ, ਮਾਤਾ ਗੁਜਰੀ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਤੱਕ, ਬੱਚਿਆਂ ਤੋਂ ਬਜ਼ੁਰਗਾਂ ਤੱਕ ਦਾ ਜੋ ਠੰਡੇ ਬੁਰਜਾਂ ਦਾ ਇਤਿਹਾਸ ਹੈ, ਜੋ ਤੱਤੀਆਂ ਤਵੀਆਂ ਤੋਂ ਠੰਡੇ ਬੁਰਜਾਂ ਤੱਕ ਦਾ ਸਫ਼ਰ ਹੈ, ਜੋ ਉਸ ਤੋਂ ਬਾਅਦ ਚਾਹੇ ਬੱਬਰ ਅਕਾਲੀ ਲਹਿਰ ਹੋਵੇ, ਚਾਹੇ ਗਦਰ ਲਹਿਰ ਹੋਵੇ, ਚਾਹੇ ਉਸ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਪੰਜਾਬ ਦੀ ਧਰਤੀ ਤੇ ਜਾਂ ਹੋਰ ਵੀ ਜਿੰਨੀਆਂ ਵੀ ਲੋਕ ਲਹਿਰਾਂ ਚੱਲੀਆਂ ਹੋਣ, ਅਸੀਂ ਸਮਝਦੇ ਹਾਂ ਕਿ ਉਹ ਸਾਰੇ ਦਾ ਸਾਰਾ ਇਤਿਹਾਸ ਸਾਡੀ ਪਿੱਠ ਤੇ ਖੜਾ ਹੈ। ਜਿਹੜਾ ਇਤਿਹਾਸ ਸਾਨੂੰ ਰੁਕਣ ਨਹੀਂ ਦਿੰਦਾ, ਸਾਨੂੰ ਝੁਕਣ ਨਹੀਂ ਦਿੰਦਾ, ਕਿਉਂਕਿ ਅਸੀਂ ਆਪਣੇ ਉਸ ਇਤਿਹਾਸ ਦੀ ਨੁਮਾਇੰਦਗੀ ਕਰਦੇ ਹਾਂ। ਮੈਂ ਅੱਜ ਸਵੇਰੇ ਪੰਜਾਬੀ ਟ੍ਰਿਬਿਊਨ ਅਖਬਾਰ ਪੜ੍ਹ ਰਿਹਾ ਸੀ ਤਾਂ ਉਹਦੇ ਵਿੱਚ ਇਹ ਖਬਰ ਲੱਗੀ ਹੈ ਫਰੰਟ ਪੇਜ ਤੇ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਹੈ ਕਿ ਕਿਸਾਨ 26 ਜਨਵਰੀ ਵਾਲਾ ਐਕਸ਼ਨ ਰੱਦ ਕਰ ਦੇਣ। ਤਾਂ ਅਸੀਂ ਸਰਕਾਰ ਨੂੰ ਇੱਕ ਬਹੁਤ ਸਿੱਧੀ ਜੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸੁਪਰੀਮ ਕੋਰਟ ਨੂੰ ਇਹ ਬਹੁਤ ਸੌਖੀ ਗੱਲ ਹੈ ਜੇ ਉਹ ਮੰਨ ਲੈਣ ਕਿ ਸੁਪਰੀਮ ਕੋਰਟ ਨੂੰ ਵਿੱਚ ਪਾਉਣ ਦੀ ਵੀ ਲੋੜ ਨਹੀਂ, 26 ਜਨਵਰੀ ਦਾ ਐਕਸ਼ਨ ਵੀ ਰੱਦ ਹੋਣ ਤੇ ਗੱਲ ਹੋ ਜੂਗੀ, ਪਰ ਉਸ ਤੋਂ ਪਹਿਲਾਂ ਇਹ ਸਿੱਧੀ ਜੀ ਗੱਲ ਹੈ ਕਿ ਤੁਸੀਂ ਕਾਨੂੰਨ ਰੱਦ ਕਰ ਦਿਓ, ਅਸੀਂ ਐਕਸ਼ਨ ਰੱਦ ਕਰ ਦਿਆਂਗੇ। ਇਹ ਤੋਂ ਬਿਨਾਂ ਵਿੱਚ ਵਿਚਾਲੇ ਦਾ ਕੋਈ ਰਾਹ ਨਹੀਂ ਹੈ, ਕਿਉਂਕਿ ਅਸੀਂ ਇਹ ਗੱਲ ਤੈਅ ਕਰਕੇ ਆਏ ਹਾਂ ਕਿ ਅਸੀਂ ਜਿੱਤੇ ਤੋਂ ਬਿਨਾਂ ਵਾਪਸ ਨਹੀਂ ਜਾਣਾ, ਕਿਉਂਕਿ ਜਿੱਤ ਤੋਂ ਬਿਨਾਂ ਸਾਨੂੰ ਦੀਂਦਾ ਹੀ ਕੁਛ ਨਹੀਂ। ਜਦੋਂ ਅਸੀਂ ਆਪਦੇ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਪੰਜਾਬੀ ਕਿਤੇ ਵੀ ਬੈਠਾ ਹੋਵੇ ਉਹ ਕਾਹਦੇ ਸਿਰ ਤੇ ਬੁੱਕਦਾ, ਉਹ ਆਪਦੇ ਪੰਜਾਬ ਦੇ ਸਿਰ ਤੇ ਬੁੱਕਦਾ ਕਿ ਮੇਰਾ ਪੰਜਾਬ ਹੈ ਮੇਰੇ ਪਿੱਛੇ। ਤਾਂ ਤੁਸੀਂ ਸੋਚੋ ਕਿ ਜੇ ਸਾਡਾ ਪੰਜਾਬ ਹੀ ਨਾ ਰਿਹਾ, ਜੇ ਉਹ ਖੇਤ ਨਾ ਰਹੇ ਜਿਹਨਾਂ ਖੇਤਾਂ ਤੇ ਗੁਰੂ ਨਾਨਕ ਸਾਹਿਬ ਨੇ ਹਲ ਚਲਾਇਆ, ਉਹ ਜ਼ਮੀਨਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਕਰਾ ਕੇ ਦਿੱਤੀਆਂ, ਜੇ ਉਹਨਾਂ ਜ਼ਮੀਨਾਂ ਤੇ ਅਵਾਨੀ ਤੇ ਅਡਾਨੀ ਫਾਰਮ ਦੇ ਬੈਨਰ ਲੱਗ ਗਏ, ਜੇ ਸਾਡਾ ਪੰਜਾਬ ਨਾ ਰਿਹਾ, ਜੇ ਸਾਡੇ ਪਿੰਡ ਨਾ ਰਹੇ, ਤਾਂ ਫਿਰ ਸਾਡੇ ਕੋਲੇ ਕੁਛ ਨਹੀਂ ਬਚਣਾ। ਇਸ ਕਰਕੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਜੇ ਇੱਥੇ ਬੈਠੇ ਹੋਏ ਹਾਂ ਤਾਂ ਇਸ ਕਰਕੇ ਬੈਠੇ ਹੋਏ ਹਾਂ ਕਿ ਜਿੱਤਣਾ ਹਰ ਹਾਲਤ ਅਣਸਰਦੀ ਲੋੜ ਹੈ ਸਾਡੀ,
जित तो बिना साडे कोले राही कोई नहीं है, क्योंकि जे असी हार गए ता साडे पल्ले कुछ नहीं बचना, सानू हनेरा ही हनेरा दींदा आप देगे ते पिछे जे कानून ना रद्द होए, क्योंकि कानून सारी खेती नू पिंडा दे मॉडल नू ए कारपोरेट घराणियां दे हाथ विच देण वाले कानून ने। इस करके ये लड़ाई असी जित तक लड़नी है। दो बेनतियां मैं करनियां ने संखेप दे विच, एक ता जो खुदकुशियां दा रुझान आ रहा है, मैं समझदा हां कि ए साडा जो साडी जो जज्ब जूझ दी विरासत है, साडा जो इतिहास है ओ इतिहास साडियां खुदकुशियां दा इतिहास नहीं है, ओ लड़के मरन दा शहादतां दा इतिहास है। इस करके असीं तुहाडा दर्द समझदे हां, तुहाडी संवेदना समझदे हां, पर एक गल प्रण कर लो कि खुदकुशियां करके नहीं मरना, लड़के मरना है, फिर असीं आपके इतिहास से पहरा दे रहे होवांगे। तो मैं आपकी गल नूं समाप्त करदे हां, एक छोटी जी घटना सांझी करनी है बस। आ पिछले दिन 8 जनवरी नूं जदों किसान जथेबंदियां दी साडी मीटिंग सीगी विज्ञान भवन दे विच, तां उत्थों दी इक अखीं देखी घटना सांझी करनी है निक्की जी। वह मीटिंग जदों चल रही सी, तुसीं जाणदे हो कि उत्थे एक पासे सरकार दा जिहड़ा 36 प्रकार दे भोजन हुंदे ने, मलक भागो दा भोजन, और दूजे पासे किसानां दे नुमाइंदे उत्थे गुरु का लंगर छकदे ने। तां मैं आपदे सोशल मीडिया फेसबुक अकाउंट ते भी सांझी कीती सी उह घटना, कि विज्ञान भवन दे विच इक कौतक वरतिया कि जदों मीटिंग तों बाद किसान जथेबंदियां दे आगू गुरु दा लंगर छकण लगे सी, तां उहदे परले पासे वड्डे वड्डे अफसर ते सरकार दे मंत्री उह मलक भागो दा भोज छक रहे सी, पर उत्थे जिहड़े विज्ञान भवन दे विच सरकार दे काम करदे चौथे दर्जे दे मुलाजम, जिन्हां नूं सरकार समझदी है कि बहुत नीवे लोग हुंदे ने, जिन्हां नूं सरकार समझदी है कि इन्हां दा उस भोज दे विच हक नहीं है, उन्हां लोकां ने उहदा उत्थे काम करन वाले सफाई कर्मचारियां ने साडे कोल आके कहा सी, उत्थे सेवा कर रहे सी, उन्हां ने कहा कि की असीं इह लंगर छक सकदे हां, तां असीं कहा कि बिल्कुल, इह किसान आगू जिथे छकदे ने तुसीं वी छक सकदे हो, क्योंकि इत्थे कोई भेदभाव नहीं हुंदा गुरु दे लंगर दे विच। तां फिर उह मजदूरां ने, एक मिंट जी, तो उन्हां मजदूरां ने वह गुरु का लंगर छकिया, तो उत्थों उस वक्त सानू इहो लग्या कि जिवें वह दूजे पासे उस शाही भोजना की प्लेट लई खड़े अफसर नूं वह मजदूर कह रहा होवे कि अज मैं आपकी धिर पछाण ली है कि जो गुरु का लंगर है, ये जो भाई लालो के हक का लंगर है, वह ये असली लंगर है, और दूजे पासे जो 36 प्रकार के भोजन है सरकार दे चल रहे हैं, जिथे वह किसान आगुआं ने सारे ने उस भोजन नूं लत मारी सी, क्योंकि उस भोजन दे विचों खून निकलता है, वह गुरु नानक ने खून कढ़िया वे उस भोजन दे विचों, और जेड़ा भोजन असी छकदे हां उत्थे गुरु घर तो आया होया उहदे विचों दुध निकलता है, वह भाई लालो का खाना है, ते उत्थे काम करदे मजदूरां ने भी इस गल ते मोहर लाई है, ते अखीर ते मैनूं ऐ लग्या जिवें वह मजदूर उस शाही भोज छक रहे अफसर दियां अखां चखा पा के कह रहा होवे कि भाई सियां रोटी खाण दा सवाद तां जाया, क्योंकि अपने लोगों की रोटी खाधी है, ये भाई लालो के हक की रोटी खाधी है। तो मैं समझदा जो असीं जोश वेखदे हां, जो वेखदे हां कि कोई केरला तो कोई बंगाल तो सारे देश के लोग साडे नाल खड़े ने, उह सानूं हौसला मिलदा कि असीं हर हालत जितांगे। तो अखीर दे विच जकारा बुलावांगा ते आपदी गल समाप्त करांगा, बोले सोनिहाल किसान मजदूर नौजवान एकता जिंदाबाद। मैं कहना सौदा सूदा नहीं मंजूर, तुसी कहना तिने कानून चकना चूर, सौदा सूदा नहीं मंजूर, सौदा सूदा नहीं मंजूर। वाहेगुरु जी का खालसा, वाहेगुरु जी की फतेह।